ਰਾਤ ਮੈਨੂੰ ਪਤਾ ਮੈਂ ਦੇਖਿਆ ਉਹਦੇ ਹਾਲ ਦੇ ਵਿੱਚ ਦੇਖਣ ਯੋਗ ਨਹੀਂ ਸੀਗੀ ਜੋ ਉਸ ਬੰਦੇ ਨੇ ਉਹਦਾ ਹਾਲ ਕੀਤਾ। ਦੇਖਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਬਣਦਾ ਜਿਵੇਂ ਉਹਨੇ ਉਹਨੇ ਬਾਹਰ ਕੀਤੇ ਹੋਏ ਸੀਗੇ। ਤੇਜ਼ਧਾਰ ਹਥਿਆਰਾਂ ਨਾਲ ਵੱਢਤੀ ਤਿੰਨ ਜਵਾਕਾਂ ਦੀ ਮਾਂ, ਮਨਰੇਗਾ 'ਚ ਮਹਿਲਾ ਕਰਦੀ ਸੀ ਕੰਮ। ਤਾਂ ਦੱਸ ਦਈਏ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਸ਼ਖਸ ਨੇ ਮਨਰੇਗਾ 'ਚ ਕੰਮ ਕਰਨ ਵਾਲੀ ਮਹਿਲਾ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਇਹ ਮਹਿਲਾ ਮਨਰੇਗਾ 'ਚ ਕੰਮ ਕਰਦੀ ਸੀ, ਤਾਂ ਇਸਦੇ ਤਿੰਨ ਬੱਚੇ ਵੀ ਨੇ ਤੇ ਮੁਲਜ਼ਮ ਦੇ ਨਾਲ ਇਸ ਮਹਿਲਾ ਦੀ ਮੁਲਾਕਾਤ 3 ਸਾਲ ਪਹਿਲਾਂ ਹੋਈ ਸੀ। ਤਾਂ ਮਹਿਲਾ ਨੇ ਰਾਤ ਨੂੰ 8 ਵਜੇ ਪਰਿਵਾਰ ਦੇ ਨਾਲ ਰੋਟੀ ਖਾਧੀ ਸੀ, ਪਰ ਮੁਲਜ਼ਮ ਨੇ ਇਸ ਨੂੰ ਫੋਨ ਕਰਕੇ ਬੁਲਾਇਆ, ਜਿਸ ਤੋਂ ਬਾਅਦ ਛੋਟੀ ਜਿਹੀ ਗੱਲ 'ਤੇ ਇਹਨਾਂ ਦੀ ਤਕਰਾਰ ਹੋ ਜਾਂਦੀ ਹੈ ਤੇ ਫਿਰ ਉਸਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਸ ਮਹਿਲਾ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਤਾਂ ਪਰਿਵਾਰ ਦੇ ਵੱਲੋਂ ਹੁਣ ਸਖ਼ਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਤਾਂ ਛੋਟੀ ਜਿਹੀ ਗੱਲ ਨੂੰ ਲੈ ਕੇ ਇਹਨਾਂ ਦੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਇਸਦਾ ਕਤਲ ਕਰ ਦਿੱਤਾ ਗਿਆ। ਤਾਂ ਹੁਣ ਪਿੱਛੇ ਇਸ ਮਹਿਲਾ ਦੇ 3 ਜਵਾਕ ਨੇ ਜੋ ਛੋਟੇ ਛੋਟੇ ਉਹ ਰੁੱਲ ਗਏ ਨੇ। ਤਾਂ ਹੁਣ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਹਨੇ ਕੀਤਾ ਕਤਲ? ਪ੍ਰਵਾਸੀ ਮਜ਼ਦੂਰ ਆ ਜੀ, ਭਈਆ ਪਬਲੂ ਨਾਂ ਹੈ ਉਹਦਾ। ਕਾਰਨ ਕੀ ਸੀ? ਕਾਰਨ ਬਾਰੇ ਕੁਛ ਨਹੀਂ ਪਤਾ, ਮੈਨੂੰ ਤਾਂ ਮੇਰੇ ਘਰ ਨੇ ਮੈਨੂੰ ਸ਼ਾਮ ਨੂੰ ਰੋਟੀ ਖਵਾਈ, ਉਸ ਤੋਂ ਬਾਅਦ ਚਲੀ ਗਈ ਆ। ਅਤੇ ਮੈਨੂੰ 9 ਵਜੇ ਸਾਡੇ ਪ੍ਰਗਟ ਸਿੰਘ ਨੇ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ, ਕਹਿੰਦੇ ਵੀਰੇ ਤੁਸੀਂ ਕਿੱਥੇ ਹੋ? ਮਾਂ ਮੈਂ ਘਰੇ ਹਾਂ। ਅਤੇ ਕਹਿੰਦੇ ਵੀ ਘਰੇ, ਕਹਿੰਦੇ ਵੀ ਤੁਹਾਡੇ ਘਰ ਦੇ ਕਿੱਥੇ ਨੇ? ਮਾਂ ਯਾਰ ਬਾਹਰ ਹੋਣ, ਮੈਂ ਬਾਹਰ ਵੀ ਨਹੀਂ ਗਿਆ ਜੀ, ਉੱਠ ਕੇ ਮੰਤਰੀ ਬੈਠਾ ਰਿਹਾ, ਮੈਨੂੰ ਕੋਈ ਪਤਾ ਨਹੀਂ ਕੀ ਗੱਲਬਾਤ ਹੋਈ ਆ। ਅਤੇ ਫਿਰ ਉਹ ਕਹਿੰਦੇ ਵੀ ਤੂੰ ਵੀਰੇ ਮੇਰੇ ਘਰੇ ਆ। ਮਾਂ ਜੀ ਕੀ ਗੱਲ ਹੋਈ? ਨਹੀਂ ਜੀ, ਕਹਿੰਦੇ ਘਰੇ ਆ। ਫਿਰ ਮੈਂ ਆਪਦੇ ਚਾਚਾ ਜੀ ਮੁੰਡਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਗਏ। ਅਤੇ ਘਰੇ ਜਾ ਕੇ ਉਹ ਜਾਣੀ ਸ਼ਨਾਖਤ ਕਰ ਇਹ ਵਾਪਸ ਆ ਰਹੇ ਸੀਗੇ। ਅਤੇ ਉਦੋਂ ਬਾਅਦ 'ਚ ਫਿਰ ਮੈਨੂੰ ਨਾਲ ਲੈ ਕੇ ਗਏ। ਹਾਲਤ ਦੇਖ ਨਹੀਂ ਸੀ ਉਹਦੇ, ਜੋ ਹਾਲਤ ਉਸ ਬੰਦੇ ਨੇ ਵੀ ਕੀਤੀ ਹੈ। ਕਿੰਨੇ ਬੰਦੇ ਸੀ ਤੁਹਾਡੇ? ਪਤਾ ਨਹੀਂ ਉਹ ਕਿੰਨੇ ਸੀਗੇ, ਕਿੰਨੇ ਫੜਾਇਆ ਇਕੱਲਾ ਹੀ ਆ। ਉੱਥੇ ਪਿੰਡ ਸਿਆੜੇ ਕੀਤਾ? ਘਰ ਦੇ ਵਿੱਚ ਹੋਇਆ? ਨਹੀਂ, ਬਾਹਰ ਆ ਖੇਤਾਂ ਦਾ। ਹਾਂਜੀ, ਖੇਤਾਂ 'ਚ। ਨਹੀਂ, ਤੁਹਾਡੀ ਵਾਈਫ ਖੇਤਾਂ 'ਚ ਕੀ ਕਰਨ ਗਏ ਸੀ? ਪਤਾ ਨਹੀਂ, ਹੁਣ ਤਾਂ ਇਹਨਾਂ ਦੇ ਮੋਬਾਈਲ 'ਤੇ ਕੋਈ ਫੋਨ ਆਇਆ ਸੀ, ਉਹੀ ਫੋਨ ਸੁਣ ਕੇ ਗਏ। ਜਿੱਥੇ ਰਹਿਣ ਗਿਆ ਸੀ ਕਿਸੇ ਦੇ ਮਕਾਨ 'ਚ, ਉੱਥੇ ਉਹ ਰਹਿੰਦਾ ਸੀਗਾ। 30 ਸਾਲ ਹੋ ਗਏ ਉਹਨੂੰ ਰਹਿੰਦੇ ਨੂੰ ਉੱਥੇ। ਤੁਸੀਂ ਕੀ ਕੰਮ ਕਰਦੇ? ਮੈਂ ਆਪਣੇ ਪੇਂਟ ਦਾ ਕੰਮ ਕਰਦਾ। ਕਿੰਨੇ ਬੱਚੇ? ਕਿੰਨੇ ਬੱਚੇ? 3 ਨੇ ਜੀ। ਉਮਰ ਕਿੰਨੀ? ਉਮਰ 37 ਸਾਲ ਹੈ ਜੀ। ਬਾਈਕਰ ਦੀ ਨਾਮ ਕੀ ਹੈ? ਬਾਈਕਰ ਸਤਪਾਲ ਕੌਰ। ਹਾਂਜੀ, ਕੀ ਮੰਗ ਕਰਦੇ ਜੀ? ਮੰਗ ਮੈਂ ਇਹੀ ਚਾਹੁੰਦਾ ਵੀ ਮੇਰੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰੇ ਕੋਲ ਤਾਂ ਫਾਂਸੀ ਦੀ ਸਜ਼ਾ ਬਸ, ਕਿਵੇਂ ਉਹਨੇ ਮੇਰੀ ਕਾਲੀ ਦਾ ਹੱਲ ਕੀਤਾ ਉਸ ਹਿਸਾਬ ਨਾਲ ਪਤਾ ਲੱਗੇ ਵੀ ਮੈਨੂੰ ਪਤਾ ਦੇਖਿਆ ਉਹਦੇ ਹਾਲ ਦੇ ਵਿੱਚ ਦੇਖਣ ਯੋਗ ਨਹੀਂ ਸੀਗੀ ਜੋ ਉਸ ਬੰਦੇ ਨੇ ਉਹਦਾ ਹਾਲ ਕੀਤਾ। ਦੇਖਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਬਣਦਾ ਜਿਵੇਂ ਉਹਨੇ ਉਹਨੇ ਬਾਹਰ ਕੀਤੇ ਹੋਏ ਸੀਗੇ। ਗਲ ਘੁੱਟ ਕੇ ਮਾਰੇ? ਗਲ ਦੇ ਵਿੱਚ ਛੁੱਟੀ ਪਾਈ ਸੀ, ਇੱਥੇ ਟੱਕ ਇੱਥੋਂ ਨਿਸ਼ਾਨ ਰੱਸੀ ਪਾਈ ਸੀ, ਗਲ ਘੁੱਟਿਆ। ਗਲਾ ਘੁੱਟਿਆ?
ਕੁਛ ਚਿਰ ਪਹਿਲਾਂ ਕੋਈ ਕੋਠੀ ਸੀਗੀ, ਮਕਾਨ ਸੀਗਾ ਕਿਸੇ ਦਾ, ਮਤਲਬ ਕਿ ਉਹ ਫੈਮਿਲੀ ਬਾਹਰ ਗਈ ਹੋਈ ਹੈ ਜੀ, ਅਤੇ ਉਹ ਇਹਨਾਂ ਨੂੰ ਕਿਰਾਏ 'ਤੇ ਸੰਭਾਲ ਸੰਭਾਲ 'ਤੇ ਰੱਖ ਗਿਆ ਜੀ। ਉਹ ਇਸ ਬੰਦਾ, ਇਹ ਬੰਦਾ ਪ੍ਰਵਾਸੀ ਮਜ਼ਦੂਰ ਜੋ ਬਬਲੂ ਆ, ਉਹ ਪਹਿਲਾਂ ਹੀ ਇੱਥੇ ਰਹਿੰਦਾ ਸੀਗਾ, ਆਲਰੇਡੀ 20-25 ਸਾਲ ਤੋਂ ਲੈ ਰਿਹਾ ਸੀ, ਦਾਣਾ ਮੰਡੀ ਦੇ ਵਿੱਚ ਸੀਜ਼ਨ ਵੀ ਲਾ ਰਿਹਾ ਸੀਗਾ, ਅਤੇ ਇਹਨਾਂ ਦਾ ਵੀ ਕੰਮ ਕੁੰਮ ਕਰ ਰਿਹਾ ਜੀ। ਚਲੋ ਉਹਨਾਂ ਬੰਦਿਆਂ ਨੇ ਇਹਨਾਂ ਦਾ ਮਾੜੇ ਮੋਟੇ ਰਿਲੇਸ਼ਨ ਬਣ ਗਏ ਜੀ। ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ, ਤੁਸੀਂ ਸਾਡੇ ਕੋਠੀ ਘਰ ਸਾਂਭੋ, ਵੀ ਕੋਈ ਨਾ, ਸਾਨੂੰ ਅਸੀਂ ਖਰਚਾ ਆਪਣੇ ਵਿਆਹ ਗਏ, ਅਸੀਂ ਗਰੀਬ ਆਦਮੀ ਕੀ ਕਹਿੰਦੇ, ਅਸੀਂ ਸਾਂਭ ਲਿਆ ਜੀ। ਉਹ ਮਾੜਾ ਮੋਟੀ ਕੋਈ ਗੱਲਬਾਤ ਆਪਸ ਵਿੱਚ ਕੋਈ ਹੋਊਗੀ ਹੋਣੀ ਇਹਨਾਂ ਦੀ ਆਪਸ ਵਿੱਚ ਕੋਈ ਗੱਲ, ਬਾਕੀ ਰੋਟੀ ਖਾਧੀ ਉਹਨਾਂ ਨੇ, ਰੋਟੀ ਇਹਨੂੰ ਪਾ ਕੇ ਗਏ ਨੇ ਘਰੇ, ਬਸ ਫੋਨ ਆਇਆ ਇਹਨਾਂ ਨੂੰ ਫੋਨ 'ਤੇ ਗੱਲ ਕਰਦੇ ਕਰਦੇ ਜੀ, 15 ਮਿੰਟਾਂ ਬਾਅਦ ਸਾਨੂੰ ਸਰਪੰਚ ਦਾ ਫੋਨ ਆ ਗਿਆ ਕਿ ਵਾਰਦਾਤ ਹੋਈ ਪਈ ਆ, ਤੁਸੀਂ ਆ ਕੇ ਸ਼ਨਾਖਤ ਕਰ ਲਓ। ਅਸੀਂ ਉਦੋਂ ਗਏ ਹਾਂ ਉੱਥੇ, ਸਾਨੂੰ ਉੱਥੇ ਗਾਹਾਂ ਨਹੀਂ ਜਾਣ ਦਿੱਤਾ ਹੈਗਾ ਉਹਨਾਂ ਨੇ, ਨਾ ਹੀ ਅਸੀਂ ਦੇਖਿਆ ਕੁਛ, ਹੁਣ ਅਸੀਂ ਪੋਸਟਮਾਰਟਮ ਲੈਣ ਆਇਆ ਸਾਨੂੰ। ਇਹ ਕੀ ਕਹਿ ਸਕਦੇ ਜੀ ਆਪਾਂ ਹੁਣ, ਜਾਂ ਉਹਨੂੰ ਪਤਾ ਜਾਂ ਉਹ ਬੰਦੇ ਨੂੰ ਪਤਾ ਜੀ, ਜਾਂ ਕੀ ਗੱਲਬਾਤ ਹੈ ਕੀ ਨਹੀਂ ਗੱਲਬਾਤ ਹੈ। ਬੱਚੇ ਛੋਟੇ, ਇੱਕ 15 ਸਾਲ ਦਾ ਜੀ ਬੇਟਾ, ਅਤੇ ਗੁੜੀਆ ਹੈਗੀ ਆ ਮਤਲਬ 7-8 ਸਾਲ ਦੀ ਹੈਗੀ ਆ, ਅਤੇ ਛੋਟਾ ਬੇਟਾ 5 ਸਾਲ ਦਾ ਜੀ। ਪਹਿਲੀ ਗੱਲ ਤਾਂ ਜਿਹੜੇ ਭਈਏ ਭੂਈਏ ਨੇ ਸਾਰੇ ਇਹ ਪੰਜਾਬ 'ਚੋਂ ਬਾਹਰ ਹੀ ਕੱਢਣੇ ਚਾਹੀਦੇ ਨੇ, ਇਹਨਾਂ ਦੀ ਸ਼ਨਾਖਤ ਕਰਕੇ ਹੀ ਰੱਖਣਾ ਚਾਹੀਦਾ ਇੱਥੇ ਇਹਨਾਂ ਨੂੰ, ਇਹਨਾਂ ਦਾ ਸਾਰਾ ਬਾਇਓਡਾਟਾ ਲੈ ਕੇ A-Z ਜਦੋਂ ਆਪਾਂ ਨੂੰ ਯਕੀਨ ਹੋ ਗਿਆ, ਤਾਂ ਹੀ ਇਹਨਾਂ ਨੂੰ ਘਰ ਦੇ ਵਿੱਚ ਵੜਨਾ ਚਾਹੀਦਾ, ਨਹੀਂ ਤਾਂ ਹੁਣ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਦਾ ਜਿੱਦਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹ ਫੜਿਆ ਗਿਆ ਜੀ, ਅਸੀਂ ਸਾਰੀ ਦਿਹਾੜੀ ਮੇਰੇ ਯਾਰ ਦੋਸਤ ਮੁੰਡੇ 25-30 ਮੁੰਡੇ ਘੱਟੋ ਘੱਟ ਪਿੰਡ ਦੇ ਸਾਰੇ, ਸਾਰੀ ਰਾਤ ਹੀ ਅਸੀਂ ਘੁੰਮਦੇ ਰਹੇ, ਤੜਕੇ ਸਾਨੂੰ ਸਵੇਰੇ ਉਹ 3 ਵਜੇ ਜਾ ਕੇ ਮਲੌਦ ਰੋੜੀਆਂ ਵਾਲੇ ਅੱਡੇ ਤੋਂ, ਮਲੌਦ ਤੋਂ ਸਾਨੂੰ ਸੁੱਤਾ ਪਿਆ ਪਾਇਆ ਗਿਆ ਮਿਲਿਆ। ਉਹ ਵੀ ਅਸੀਂ ਘੁੰਮ ਫਿਰ ਕੇ ਬਹੁਤ ਮੁਸੱਤਤ ਦੇ ਨਾਲ, ਮਿੱਤਰਾਂ ਨੇ, ਯਾਰਾਂ ਦੋਸਤਾਂ ਨੇ ਬਹੁਤ ਹਿੰਮਤ ਕਰੀ, ਆਹ ਮੁੰਡਾ ਜਗਰਾਜ ਆ ਜੀ, ਇਹਨਾਂ ਨੇ ਬੰਦਿਆਂ ਨੇ ਬਹੁਤ ਹਿੰਮਤ ਕਰੀ ਆ ਸਾਡੇ ਨਾਲ, ਕੋਈ ਬੰਦਾ ਰਾਤ ਨੂੰ ਸਾਡੇ ਯਾਰ ਦੋਸਤ ਕੋਈ ਸੁੱਤਾ ਨਹੀਂ ਹੈਗਾ, ਅਸੀਂ ਸੂਈਆਂ ਲੈਂਦੇ ਫਿਰੀ ਗਏ ਕਿਤੇ ਨਾ ਕਿਤੇ, ਸਾਡੇ ਛੋਟੇ ਛੋਟੇ ਜਵਾਕ ਵੀ ਸਾਡੇ ਨਾਲ, ਪੁਲਿਸ ਨੇ ਬਹੁਤ ਮਦਦ ਕਰੀ ਆ ਜੀ ਸਾਡੀ, ਬਹੁਤ ਜ਼ਿਆਦਾ ਮਦਦ ਕਰੀ ਆ, ਸਾਰੀ ਦਿਹਾੜੀ 3 ਵਜੇ ਤੱਕ SHO ਸਾਹਿਬ ਨੇ, SI ਸਾਹਿਬ ਨੇ, ਥਾਣੇਦਾਰ ਸਾਹਿਬ ਨੇ, ਸਾਡੇ ਨਾਲ ਰੋਟੀ ਵੀ ਨਹੀਂ ਖਾਧੀ ਹੈਗੀ ਉਹਨਾਂ ਨੇ, ਸਾਡੇ ਨਾਲ ਜਾਣੀ ਪੂਰੀ ਤਰ੍ਹਾਂ ਹੀ ਘੁੰਮਦੇ ਰਹੇ ਨੇਗੇ। ਆਖਿਰਕਾਰ ਅਸੀਂ ਜਾ ਕੇ 3 ਵਜੇ ਜਾ ਕੇ ਸਾਨੂੰ ਸਫਲਤਾ ਮਿਲੀ ਆ, ਉਹ ਵੀ ਅਸੀਂ ਸਾਡੀਆਂ ਮੁੜੀਆਂ ਸੀਗੀਆਂ ਨਾਲ, ਉਹਨਾਂ ਨੇ ਦੇਖਿਆ ਇਹਨੇ ਬੰਦੇ ਨੇ, ਇਹਨੇ ਹੀ ਤਾਂ ਪਛਾਣਿਆ ਜੀ ਬੰਦੇ ਨੂੰ, ਉਹਨੂੰ ਕਿ ਇਹੀ ਆ ਉਹ ਬੰਦਾ, ਸਾਡੇ ਤਾਂ ਪਛਾਣ 'ਚ ਵੀ ਨਹੀਂ ਆਇਆ, ਮੈਂ ਤਾਂ ਹੈ ਵੀ ਨਹੀਂ ਸੀਗਾ ਉੱਥੇ, ਇਹੀ ਬੰਦੇ ਨੇ ਉਹਨੂੰ ਫੜ ਕੇ ਲੈ ਗਏ ਨੇ, ਇਹੀ ਉਹਨਾਂ ਨੇ ਕਟਾਪਾ ਉਡੁੱਪਾ ਕਰਿਆ ਮਾੜਾ, ਫਿਰ SSP ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਇਹੀ ਬੰਦਾ ਸੀ, ਫਿਰ ਇਹਨਾਂ ਨੇ ਅਰੈਸਟ ਕਰਾਇਆ ਵੀ ਹਾਂ ਇਹੀ ਬੰਦਾ, ਇਹਨਾਂ ਨੇ ਮਾਰਿਆ ਉਹਨੇ, ਫਿਰ ਉਹਨੇ ਪਤਾ ਨਹੀਂ ਜਾਣੂ ਕਬੂਲ ਕਰਿਆ ਕਿ ਨਹੀਂ ਕਰਿਆ, 100% ਜਾਣੀ ਸ਼ੋਰ ਆ ਵੀ ਉਸ ਬੰਦੇ ਨੇ ਇਹੀ ਕਤਲ ਕਰਿਆ, ਉਹਦੇ ਨਾਲ ਹੋ ਸਕਦਾ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਇਹ 1-2 ਬੰਦਾ ਨਾਲ ਹੋ ਸਕਦੇ ਨੇ, ਕਿਉਂਕਿ ਉਹ ਵੀ ਜਿਹੜੀ ਮਤਲਬ ਕਿ ਸਾਡੀ ਭਾਬੀ ਜੀ ਸੀਗੇ, ਉਹ ਵੀ ਹੁੰਦੜਹੇਲ ਸੀਗੇ, ਕੋਈ ਇੰਨੇ ਹਲਕੇ ਨਹੀਂ ਸੀਗੇ, ਕੋਈ ਮਤਲਬ ਕਿ ਉਹ ਨਹੀਂ ਸੀਗੇ, ਸਿਹਤ ਪੱਖੋਂ ਵੀ ਠੀਕ ਸੀਗੇ ਸਾਰੇ, 1-2 ਬੰਦੇ ਨੂੰ ਵੈਸੇ ਹੀ ਉਹ ਕਾਬੂ ਕਰ ਸਕਦੇ ਸੀਗੇ, ਕੋਈ ਇੱਦਾਂ ਦੀ ਗੱਲ ਨਹੀਂ ਸੀ।